ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਬੇਕਾਬੂ ਹੋਇਆ ਟਰਾਲਾ ਬਾਈਕ ਸਵਾਰਾਂ ਨੂੰ ਤਰੜਦਾ ਹੋਇਆ ਅੱਗੇ ਲੰਘਿਆ, ਉਹਨਾਂ ਨੂੰ ਧੂ ਕੇ ਲੈ ਗਿਆ ਤੇ ਅੱਗੇ ਜਾ ਕੇ ਖੁਦ ਵੀ ਪਲਟ ਗਿਆ। ਇਸ ਹਾਦਸੇ ਦੇ ਵਿੱਚ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਟਰਾਲਾ ਜੋ ਕਿ ਬੜੇ ਆਰਾਮ ਨਾਲ ਪਿੱਛੋਂ ਚੱਲਦਾ ਆ ਰਿਹਾ ਹੈ ਤੇ ਅੱਗੇ ਅੱਗੇ ਇਸ ਦੇ ਮੋਟਰਸਾਈਕਲ ਜਾ ਰਹੇ ਨੇ, ਪਰ ਇਹ ਟਰਾਲਾ ਬਿਨਾਂ ਬ੍ਰੇਕ ਲਗਾਏ ਇਹਨਾਂ ਮੋਟਰਸਾਈਕਲ ਸਵਾਰਾਂ ਨੂੰ ਪਹਿਲਾਂ ਤਾਂ ਟੱਕਰ ਮਾਰਦਾ ਹੈ ਤੇ ਫਿਰ ਬਾਈਕਾਂ ਘੜੀਸ ਕੇ ਅੱਗੇ ਤੱਕ ਲੈ ਜਾਂਦਾ ਹੈ ਅਤੇ ਬਿਨਾਂ ਬ੍ਰੇਕ ਲਾਏ ਬਿਨਾਂ ਰੁਕੇ ਅੱਗੇ ਜਾ ਕੇ ਪਲਟ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਟਰਾਲਾ ਚਾਲਕ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਬੇਕਾਬੂ ਹੋ ਗਿਆ ਟਰਾਲਾ ਅਤੇ ਬਿਨਾਂ ਬ੍ਰੇਕ ਲਗਾਏ ਹੀ ਟਰਾਲਾ ਭੱਜਣ ਲੱਗ ਗਿਆ, ਅੱਗੇ ਜਾ ਕੇ ਪਲਟ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਟਰਾਲਾ ਚਾਲਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜੋ 4 ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਵੀਡੀਓ ਨਾਹਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਾਲਾ ਅੰਬ ਤ੍ਰਿਲੋਕਪੁਰ ਰੋਡ ਤੇ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਨੇ ਜਿਸ ਨੂੰ ਦੇਖ ਕੇ ਦਿਲ ਦਹਿਲ ਜਾਏਗਾ ਕਿ ਇੱਕ ਟਰਾਲਾ ਜੋ ਪਿੱਛੋਂ ਆਰਾਮ ਨਾਲ ਆ ਰਿਹਾ ਹੁੰਦਾ ਹੈ ਅੱਗੇ ਅੱਗੇ 3 ਤੋਂ 4 ਮੋਟਰਸਾਈਕਲ ਜਾ ਰਹੇ ਨੇ, ਟਰਾਲਾ ਬਿਨਾਂ ਬ੍ਰੇਕ ਲਗਾਏ ਬਿਨਾਂ ਰੁਕੇ ਇਹਨਾਂ ਬਾਈਕ ਸਵਾਰਾਂ ਨੂੰ ਦਰੜ ਦਿੰਦਾ ਹੈ, ਉਹਨਾਂ ਦੀਆਂ ਬਾਈਕਾਂ ਘੜੀਸ ਕੇ ਅੱਗੇ ਤੱਕ ਲੈ ਜਾਂਦਾ ਹੈ, ਜਦਕਿ ਚਾਲਕ ਜਿਹੜੇ ਨੇ ਇਹਨਾਂ ਬਾਈਕਾਂ ਦੇ ਉਸ ਸਾਈਡਾਂ ਤੇ ਡਿੱਗ ਜਾਂਦੇ ਨੇ ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਜ਼ਖਮੀ ਜ਼ਰੂਰ ਹੋਏ ਨੇ। ਉਧਰ ਹੀ ਟਰਾਲਾ ਬਿਨਾਂ ਬ੍ਰੇਕ ਲਗਾਏ ਬਾਈਕਾਂ ਨੂੰ ਘੜੀਸਦਾ ਅੱਗੇ ਤੱਕ ਜਾਂਦਾ ਹੈ ਤੇ ਅੱਗੇ ਜਾ ਕੇ ਪਲਟ ਜਾਂਦਾ ਹੈ। ਹਾਲਾਂਕਿ ਟਰਾਲਾ ਬੇਕਾਬੂ ਕਿਵੇਂ ਹੋਇਆ, ਚਾਲਕ ਦੇ ਇਸ ਵਿੱਚ ਕੀ ਲਾਪਰਵਾਹੀ ਹੈ ਅਜੇ ਤੱਕ ਸਾਫ਼ ਨਹੀਂ ਹੋਇਆ, ਪਰ ਪੁਲਿਸ ਦੇ ਵੱਲੋਂ ਇਸ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਬੇਕਾਬੂ ਹੋਇਆ ਟਰਾਲਾ ਬਾਈਕ ਸਵਾਰਾਂ ਨੂੰ ਤਰੜਦਾ ਹੋਇਆ ਅੱਗੇ ਲੰਘਿਆ, ਉਹਨਾਂ ਨੂੰ ਧੂ ਕੇ ਲੈ ਗਿਆ ਤੇ ਅੱਗੇ ਜਾ ਕੇ ਖੁਦ ਵੀ ਪਲਟ ਗਿਆ। ਇਸ ਹਾਦਸੇ ਦੇ ਵਿੱਚ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਟਰਾਲਾ ਜੋ ਕਿ ਬੜੇ ਆਰਾਮ ਨਾਲ ਪਿੱਛੋਂ ਚੱਲਦਾ ਆ ਰਿਹਾ ਹੈ ਤੇ ਅੱਗੇ ਅੱਗੇ ਇਸ ਦੇ ਮੋਟਰਸਾਈਕਲ ਜਾ ਰਹੇ ਨੇ, ਪਰ ਇਹ ਟਰਾਲਾ ਬਿਨਾਂ ਬ੍ਰੇਕ ਲਗਾਏ ਇਹਨਾਂ ਮੋਟਰਸਾਈਕਲ ਸਵਾਰਾਂ ਨੂੰ ਪਹਿਲਾਂ ਤਾਂ ਟੱਕਰ ਮਾਰਦਾ ਹੈ ਤੇ ਫਿਰ ਬਾਈਕਾਂ ਘੜੀਸ ਕੇ ਅੱਗੇ ਤੱਕ ਲੈ ਜਾਂਦਾ ਹੈ ਅਤੇ ਬਿਨਾਂ ਬ੍ਰੇਕ ਲਾਏ ਬਿਨਾਂ ਰੁਕੇ ਅੱਗੇ ਜਾ ਕੇ ਪਲਟ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਟਰਾਲਾ ਚਾਲਕ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਬੇਕਾਬੂ ਹੋ ਗਿਆ ਟਰਾਲਾ ਅਤੇ ਬਿਨਾਂ ਬ੍ਰੇਕ ਲਗਾਏ ਹੀ ਟਰਾਲਾ ਭੱਜਣ ਲੱਗ ਗਿਆ ਅੱਗੇ ਜਾ ਕੇ ਪਲਟ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਟਰਾਲਾ ਚਾਲਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜੋ 4 ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਵੀਡੀਓ ਨਾਹਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਾਲਾ ਅੰਬ ਤ੍ਰਿਲੋਕਪੁਰ ਰੋਡ ਤੇ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਨੇ ਜਿਸ ਨੂੰ ਦੇਖ ਕੇ ਦਿਲ ਦਹਿਲ ਜਾਏਗਾ ਕਿ ਇੱਕ ਟਰਾਲਾ ਜੋ ਪਿੱਛੋਂ ਆਰਾਮ ਨਾਲ ਆ ਰਿਹਾ ਹੁੰਦਾ ਹੈ ਅੱਗੇ ਅੱਗੇ 3 ਤੋਂ 4 ਮੋਟਰਸਾਈਕਲ ਜਾ ਰਹੇ ਨੇ, ਟਰਾਲਾ ਬਿਨਾਂ ਬ੍ਰੇਕ ਲਗਾਏ ਬਿਨਾਂ ਰੁਕੇ ਇਹਨਾਂ ਬਾਈਕ ਸਵਾਰਾਂ ਨੂੰ ਦਰੜ ਦਿੰਦਾ ਹੈ, ਉਹਨਾਂ ਦੀਆਂ ਬਾਈਕਾਂ ਘੜੀਸ ਕੇ ਅੱਗੇ ਤੱਕ ਲੈ ਜਾਂਦਾ ਹੈ, ਜਦਕਿ ਚਾਲਕ ਜਿਹੜੇ ਨੇ ਇਹਨਾਂ ਬਾਈਕਾਂ ਦੇ ਉਸ ਸਾਈਡਾਂ ਤੇ ਡਿੱਗ ਜਾਂਦੇ ਨੇ ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਜ਼ਖਮੀ ਜ਼ਰੂਰ ਹੋਏ ਨੇ। ਉਧਰ ਹੀ ਟਰਾਲਾ ਬਿਨਾਂ ਬ੍ਰੇਕ ਲਗਾਏ ਬਾਈਕਾਂ ਨੂੰ ਘੜੀਸਦਾ ਅੱਗੇ ਤੱਕ ਜਾਂਦਾ ਹੈ ਤੇ ਅੱਗੇ ਜਾ ਕੇ ਪਲਟ ਜਾਂਦਾ ਹੈ। ਹਾਲਾਂਕਿ ਟਰਾਲਾ ਬੇਕਾਬੂ ਕਿਵੇਂ ਹੋਇਆ, ਚਾਲਕ ਦੇ ਇਸ ਵਿੱਚ ਕੀ ਲਾਪਰਵਾਹੀ ਹੈ ਅਜੇ ਤੱਕ ਸਾਫ਼ ਨਹੀਂ ਹੋਇਆ, ਪਰ ਪੁਲਿਸ ਦੇ ਵੱਲੋਂ ਇਸ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।